ਸੰਗਰੂਰ ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਅੱਜ 3 ਨੌਜਵਾਨਾਂ ਨੂੰ 2 ਦੇਸੀ ਪਿਸਤੌਲ, 315 ਬੋਰ ਅਤੇ 5 ਜਿੰਦਾ ਕਾਰਤੂਸ ਤੋਂ ਇਲਾਵਾ ਇੱਕ ਆਲਟੋ ਕਾਰ ਅਤੇ ਹੋਰ ਮਾਰੂ ਹਥਿਆਰਾਂ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਮਲੇਰਕੋਟਲਾ 'ਚ 2 ਧਿਰਾਂ ਦੀ ਆਪਸੀ ਰੰਜਿਸ਼ ਕਰਕੇ ਲੜਾਈ ਹੋਈ ਸੀ ਅਤੇ ਬਾਅਦ ਵਿੱਚ ਰਾਜੀਨਾਮਾ ਵੀ ਹੋ ਗਿਆ ਸੀ, ਪਰ ਇਸ ਦੌਰਾਨ ਸੰਦੀਪ ਸਿੰਘ, ਜਤਿੰਦਰ ਸਿੰਘ ਆਪਣੀ ਬਦਮਾਸ਼ੀ ਕਾਇਮ ਰੱਖਣ ਅਤੇ ਉਹਨਾਂ ਨੂੰ ਸੱਟਾਂ ਮਾਰਨ ਦੀ ਨੀਅਤ ਨਾਲ ਯੋਜਨਾ ਬਣਾ ਰਹੇ ਸਨ। ਉਹਨਾਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਇਹਨਾਂ 3 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ। ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਜਿਸ ਦੇ ਸੰਬੰਧ ਦੇ ਵਿੱਚ ASI ਅਵਤਾਰ ਸਿੰਘ ਨੇ ਅਵਤਾਰ ਸਿੰਘ ਨੇ ਨਾਕਾ ਲਗਾ ਕੇ 3 ਬੰਦੇ ਫੜੇ ਨੇ, ਜਿਸ ਦੇ ਵਿੱਚੋਂ ਸੰਦੀਪ ਸਿੰਘ ਉਰਫ ਭਲਵਾਨ, ਜਤਿੰਦਰ ਉਰਫ ਬੰਟੀ ਅਤੇ ਸੌਦਾਗਰ ਸਿੰਘ ਜਿਹੜੇ ਹੈ, 3 ਬੰਦੇ ਗ੍ਰਿਫਤਾਰ ਕੀਤੇ ਨੇ। ਜਿਸ ਵੇਲੇ ਇਹਨਾਂ ਨੂੰ ਫੜਿਆ ਉੱਥੇ ਮੌਕੇ 'ਤੇ ਅਤੇ ਇਹਨਾਂ ਦੇ ਕੋਲੋਂ 2 315 ਬੋਰ ਦੇ ਕੱਟੇ, 5 ਕਾਰਤੂਸ ਜਿੰਦਾ 315 ਬੋਰ ਦੇ, ਅਤੇ ਇਸ ਤੋਂ ਇਲਾਵਾ ਜਿਹੜਾ ਨਲਕੇ ਦੇ ਹੱਥੇ ਅਤੇ ਪੱਤੀਆਂ ਜਿਹੜੀਆਂ ਵੈਲਡ ਕੀਤੀਆਂ ਪਿੱਛੇ ਹੱਥੇ ਲਗਾਏ ਹੋਏ ਆ, ਇਹ ਇਹਨਾਂ ਕੋਲੋਂ ਰਿਕਵਰ ਹੋਏ ਆ। ਫਿਲਹਾਲ ਜਿੰਨੀ ਕੁ ਅਸੀਂ ਇਹਨਾਂ ਨੂੰ ਕੱਲ੍ਹ ਤੁਹਾਡਾ ਪੁੱਛਗਿੱਛ ਕੀਤੀ ਹੈ, ਉਸ ਦੇ ਵਿੱਚ ਇਹਨਾਂ ਨੇ ਇਹੀ ਦੱਸਿਆ ਕਿ ਜਿਹੜਾ ਸਾਡਾ ਅਜਮਲ ਜਿਹੜੇ ਹੈਗੇ ਨੇ ਐਕਟਰ ਅਤੇ ਲੁਚੀ ਜਿਹੜੇ ਉਸ ਏਰੀਏ ਦੇ ਹੈਗੇ ਨੇ, ਉਹਨਾਂ ਦੇ ਨਾਲ ਕੋਈ ਲੜਾਈ ਝਗੜਾ ਪਹਿਲਾਂ 14 ਤਰੀਕ ਨੂੰ ਹੋਇਆ ਸੀਗਾ, ਜਿਸ 'ਚ ਜਤਿੰਦਰ ਕੁਮਾਰ ਦੇ ਸੱਟਾਂ ਲੱਗੀਆਂ ਸੀ। ਉਸ ਚੀਜ਼ ਦਾ ਇਹਨਾਂ ਨੇ ਕੰਪਰੋਮਾਈਜ਼ ਹੋ ਗਿਆ ਸੀਗਾ, ਪਰ ਇਹ ਰੰਜਿਸ਼ ਮਨ 'ਚ ਰੱਖੀ ਸੀਗੀ। ਹੁਣ ਇਹ ਜਿਹੜਾ ਹੈਗਾ ਉਹਨਾਂ ਦੀ ਰੈਕੀ ਕਰ ਰਹੇ ਸੀਗੇ ਵੀ ਅਸੀਂ ਅਤੇ ਸਾਨੂੰ ਮਿਲ ਜਾਣ ਕਿ ਅਤੇ ਅਸੀਂ ਇਹਨਾਂ ਦੀਆਂ ਲੱਤਾਂ ਬਾਹਾਂ ਤੋੜਨੀਆਂ ਨੇ। ਇਹ ਜਿਹੜਾ ਹਾਲੇ ਫਿਲਹਾਲ ਅਸੀਂ ਹੁਣ ਇਹਨਾਂ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਜਿਹੜਾ ਹੈਗਾ ਪੁਲਿਸ ਰਿਮਾਂਡ ਹੋਰ ਲਵਾਂਗੇ ਅਤੇ ਅੱਗੇ ਫਰਦਰ ਜਿਹੜੀ ਹੈਗੀ ਹੈ ਇੰਟਰੋਗੇਸ਼ਨ ਕਰਕੇ ਬਾਕੀ ਗੱਲਾਂ ਡਿਟੇਲਸ ਜਿਹੜੀਆਂ ਸਾਹਮਣੇ ਆਉਣਗੀਆਂ। ਨਹੀਂ, ਅਸਲਾ ਬਿਲਕੁਲ ਨਜਾਇਜ਼ ਹੈ ਜੀ, 315 ਬੋਰ ਦੇ ਦੇਸੀ ਕੱਟੇ ਆ ਜਿਹੜੇ UP ਤੋਂ ਖਰੀਦ ਕੇ ਲਿਆਏ ਨੇ। ਸੰਗਰੂਰ ਤੋਂ ਕੈਮਰਾਮੈਨ ਜਸਵੀਰ ਮਾਨ ਦੇ ਨਾਲ ਹਰਸ਼ ਕੌਸ਼ਲ ਦੀ ਰਿਪੋਰਟ, ਪੰਜਾਬ ਟੂਡੇ।